ਹਿਮਾਚਲ 'ਚ ਇੱਕ ਵਾਰ ਫਿਰ ਪੰਜਾਬੀਆਂ ਦੀ ਕੁੱਟਮਾਰ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੰਡੀ ਦੇ ਨੇੜੇ ਓਵਰਟੇਕ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਪੰਜਾਬੀਆਂ ਦੀ ਗੱਡੀ ਨੂੰ ਘੇਰ ਲਿਆ ਗਿਆ, ਜਿਸ ਤੋਂ ਬਾਅਦ ਉਹਨਾਂ ਦੀ ਕੁੱਟਮਾਰ ਕੀਤੀ ਗਈ ਹੈ। ਤਸਵੀਰਾਂ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ 'ਤੇ। ਤੁਸੀਂ ਦੇਖ ਸਕਦੇ ਹੋ ਕਿਵੇਂ ਇੱਕ ਗੱਡੀ ਦੇ ਆਲੇ ਦੁਆਲੇ ਕਾਫੀ ਲੋਕ ਮੌਜੂਦ ਨੇ ਅਤੇ ਇਹ ਜਿਹੜੇ ਸੈਲਾਨੀ ਨੇ, ਟੂਰਿਸਟ ਨੇ, ਪੰਜਾਬ ਤੋਂ ਹਿਮਾਚਲ ਘੁੰਮਣ ਲਈ ਗਏ ਸੀ, ਹਾਈਵੇ 'ਤੇ ਇਹ ਸਾਰਾ ਝਗੜਾ ਹੋ ਗਿਆ। ਮੰਡੀ ਦੇ ਨੇੜੇ ਸੌਲੀ ਖੱਡ ਦੇ ਕੋਲ ਓਵਰਟੇਕ ਨੂੰ ਲੈ ਕੇ ਇਹ ਝਗੜਾ ਹੋਇਆ, ਜਿਸ ਤੋਂ ਬਾਅਦ ਗੱਡੀ ਨੂੰ ਘੇਰ ਲਿਆ ਗਿਆ ਅਤੇ ਗੱਡੀ ਦੇ ਵਿੱਚੋਂ ਕੱਢ ਕੇ ਪੰਜਾਬੀ ਜਿਹੜੇ ਗਏ ਸੀ ਉਹਨਾਂ ਦੀ ਕੁੱਟਮਾਰ ਕੀਤੀ ਗਈ ਆ। ਹਾਲਾਂਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੱਡੀ ਦੇ ਵਿੱਚੋਂ ਉਤਾਰ ਕੇ ਕੁੱਟਮਾਰ ਕੀਤੀ ਗਈ ਹੈ। ਤਾਂ ਦੁਪਹਿਰ ਵੇਲੇ ਇਹ ਘਟਨਾ ਵਾਪਰੀ ਹੈ ਜਿੱਥੇ ਮੰਡੀ ਦੇ ਨੇੜੇ ਸੌਲੀ ਖੱਡ ਦੇ ਕੋਲ ਇਹ ਲੜਾਈ ਝਗੜਾ ਹੋਇਆ। ਹਾਲਾਂਕਿ ਇਲਜ਼ਾਮ ਇਹ ਵੀ ਨੇ ਕਿ ਜਿਹੜੇ ਪੰਜਾਬ ਤੋਂ ਗਏ ਟੂਰਿਸਟ ਸੀ ਉਹਨਾਂ ਕੋਲ ਰਿਵਾਲਵਰ ਸੀ, ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਦੂਜੇ ਪਾਸੇ ਪੁਲਿਸ ਵੀ ਮੌਕੇ 'ਤੇ ਪਹੁੰਚੀ, ਜਿਸ ਤੋਂ ਬਾਅਦ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਜਦੋਂ ਇਹ ਕੁੱਟਮਾਰ ਕੀਤੀ ਜਾ ਰਹੀ ਸੀ ਤਾਂ ਬਾਈਕਸ 'ਤੇ ਕੁਝ ਨੌਜਵਾਨ ਇੱਥੇ ਰੁਕਦੇ ਵੀ ਨੇ, ਪਰ ਉਹ ਪੰਜਾਬੀ ਟੂਰਿਸਟਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਚਲੇ ਜਾਂਦੇ ਨੇ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਬਾਈਕ 'ਤੇ ਨੌਜਵਾਨ ਆਉਂਦੇ ਨੇ, ਅੱਗੇ ਨੀਲੇ ਜਿਹੜੇ ਨਿਸ਼ਾਨ ਨੇ, ਝੰਡੇ ਨੇ, ਉਹ ਵੀ ਲੱਗੇ ਹੋਏ ਨੇ, ਪਰ ਇੱਥੇ ਰੁਕਦੇ ਨਹੀਂ ਅਤੇ ਇੱਥੋਂ ਚਲੇ ਜਾਂਦੇ ਨੇ, ਜਿਸ ਤੋਂ ਬਾਅਦ ਵੀ ਇਹ ਲੜਾਈ ਝਗੜਾ ਚੱਲਦਾ ਰਹਿੰਦਾ ਅਤੇ ਕਾਫੀ ਦੇਰ ਬਾਅਦ ਜਿਹੜੇ ਪੰਜਾਬ ਤੋਂ ਗਏ ਟੂਰਿਸਟ ਨੇ ਉਹ ਗੱਡੀ ਭਜਾ ਕੇ ਆਪਣੀ ਜਾਨ ਬਚਾਉਂਦੇ ਨੇ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਪੁਲਿਸ ਦੇ ਮੁਤਾਬਕ ਰਿਵਾਲਵਰ ਦਿਖਾ ਕੇ ਡਰਾਉਣ ਵਾਲੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਹੈ, ਪਰ ਪੁਲਿਸ ਜਾਂਚ ਦੀ ਗੱਲ ਆਖ ਰਹੀ ਹੈ। ਪੁਲਿਸ ਮੌਕੇ 'ਤੇ ਪਹੁੰਚੀ ਹੈ ਬਾਅਦ ਦੇ ਵਿੱਚ, ਅਤੇ SP ਮੰਡੀ ਸਾਕਸ਼ੀ ਵਰਮਾ ਨੇ ਦੱਸਿਆ ਕਿ ਪੁਲਿਸ ਦੇ ਕੋਲ ਕੋਈ ਸ਼ਿਕਾਇਤ ਨਹੀਂ ਪਹੁੰਚੀ ਹੈ, ਪਰ ਇਸ ਸੰਬੰਧੀ ਇਨਫੋਰਮੇਸ਼ਨ ਮਿਲੀ ਸੀ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜਿਹੜੀ ਗੱਡੀ ਵੀਡੀਓ ਦੇ ਵਿੱਚ ਦਿਖਾਈ ਦੇ ਰਹੀ ਹੈ ਉਸ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਗੱਡੀ ਸਮੇਤ ਲੋਕਾਂ ਨੂੰ ਫੜਨ ਤੋਂ ਬਾਅਦ ਹੀ ਪੂਰੇ ਘਟਨਾਕ੍ਰਮ 'ਤੇ ਕੁਝ ਕਿਹਾ ਜਾ ਸਕਦਾ ਹੈ, ਇਹ ਕਹਿਣਾ ਹੈ ਪੁਲਿਸ ਦੀ SP ਸਾਕਸ਼ੀ ਵਰਮਾ ਦਾ। ਦੂਜੇ ਪਾਸੇ ਪੰਜਾਬ ਤੋਂ ਗਏ ਟੂਰਿਸਟਾਂ ਦੇ ਨਾਲ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਸਥਾਨਕ ਲੋਕਾਂ ਦੇ ਨਾਲ ਲੜਾਈ ਝਗੜੇ ਦੀਆਂ ਖਬਰਾਂ ਸਾਹਮਣੇ ਆਈਆਂ ਸਨ, ਪਰ ਹੁਣ ਇੱਕ ਵਾਰ ਫਿਰ ਮੰਡੀ ਦੇ ਨੇੜੇ ਪੰਜਾਬ ਤੋਂ ਗਏ ਟੂਰਿਸਟਾਂ ਦੇ ਨਾਲ ਸਥਾਨਕ ਲੋਕਾਂ ਦਾ ਝਗੜਾ ਹੋਇਆ ਹੈ। ਬੰਦੂਕ ਬਣਾ ਘੱਟ ਕੇ ਦੇਣੇ ਇੱਥੇ ਇਹਨੇ ਪੰਜਾਬੀ ਹੈ ਉਹ ਬੱਬਾ ਕੈਸੇ ਭਾਈ ਨਾ ਬੜੇ ਵਧੀਆ ਕੈਸੇ ਭਾਈ ਉਹ ਅੰਦਰ ਦੇਖਾ ਲਾ ਉਹ ਸੀਟ ਫੜ ਕੇ ਨਾ ਬੰਦੇ ਦਾ ਇਸ ਬੰਦੇ ਦਾ ਸੀਟ ਫੜ ਦੋ ਕਿਹਨੇ ਪੰਜਾਬੀ ਹੈ ਇਸ ਬੰਦੇ ਦਾ ਫਿਊਚਰ Yeah.
ਬੰਦਾ ਵੀ ਉਸ ਜਾਣੇ ਹਿੱਸੇ ਤੋਂ ਲੱਗਦਾ ਕਿਸੇ ਭਾਵ ਦਾ ਸਰ ਕਿਹਦਾ ਸਰ ਕਿਸ ਤਰ੍ਹਾਂ ਬੰਦਾ ਹੋਣਾ ਇਹ ਤਾਂ ਹੁੰਦਾ ਜੇ ਡੰਡੇ ਨਹੀਂ ਲੱਗਦਾ ਮਾਰ